ਸੋ ਓਰੀ ਪ੍ਰੋਡਕਸ਼ਨ ਦੁਆਰਾ ਫਿਲਮ ਆ ਰਹੀ ਹੈ ਬਲੈਕਿਆ 2, ਜਿਹਦੇ ਵਿੱਚ ਦੇਵ ਕਰੋੜ ਬਹੁਤ ਹੀ ਵਧੀਆ ਕਿਰਦਾਰ ਵਿੱਚ ਨਜ਼ਰ ਆਣਗੇ। ਦੋ ਸ਼ੇਡਸ ਮੈਨੂੰ ਲੱਗ ਰਹੇ ਨੇ ਉਸ ਫਿਲਮ ਦੇ ਵਿੱਚ, ਬਾਕੀ ਕਿੰਨੇ ਸ਼ੇਡਸ ਹੋਣਗੇ ਉਹ 8 ਮਾਰਚ ਨੂੰ ਜਦੋਂ ਰਿਲੀਜ਼ ਹੋਏਗੀ ਉਦੋਂ ਹੀ ਪਤਾ ਚੱਲੇਗਾ। ਸੋ ਮੇਰੇ ਨਾਲ ਖੜੇ ਨੇ ਬੈਨੀਪਾਲ ਜੀ, ਆਪਾਂ ਇਹਨਾਂ ਨੂੰ ਪੁੱਛਦੇ ਹਾਂ ਬਲੈਕਿਆ 2 ਬਾਰੇ। ਹਾਂ ਬੇਟਾ, ਪਤਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦੂਜਾ ਇਹ ਵੀ ਬਲੈਕਿਆ 2 ਜਿਹੜੀ ਹੈ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਹੀ ਵਧੀਆ ਕਿਰਦਾਰ ਨਿਭਾਉਣ ਵਾਲੀ ਫਿਲਮ ਹੈ, ਜਿਹਦੇ 'ਚ ਮੈਂ ਮੇਰੇ ਖਿਆਲ 'ਚ ਜ਼ਿੰਦਗੀ 'ਚ ਪਹਿਲੀ ਵਾਰੀ ਅਜੇ ਕਿਰਦਾਰ ਨਿਭਾ ਰਿਹਾ। ਮੈਂ ਧੰਨਵਾਦ ਕਰਦਾ ਦੇਵ ਕਰੋੜ ਦਾ ਔਰ ਡਾਇਰੈਕਟਰ ਨਵਨੀਤ ਸਿੰਘ ਦਾ, ਅਤੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਥੋਂ ਕੰਮ ਲਿਆ। ਜਿੰਨਾ ਕੁ ਵੀ ਕੰਮ ਹੈ ਮੇਰਾ ਬਹੁਤ ਸੋਹਣਾ ਲੱਗੇਗਾ ਤੁਹਾਨੂੰ, ਔਰ ਮੈਂ ਦਰਸ਼ਕਾਂ ਨੂੰ ਬੇਨਤੀ ਕਰਾਂਗਾ, ਜਿਵੇਂ ਤੁਸੀਂ ਟ੍ਰੇਲਰ ਨੂੰ ਪਿਆਰ ਦਿੱਤਾ ਹੈ ਔਰ ਤਿੰਨੋਂ ਟੀਜ਼ਰਾਂ ਨੂੰ ਪਿਆਰ ਦਿੱਤਾ ਔਰ ਗਾਣਿਆਂ ਨੂੰ ਪਿਆਰ ਦੇ ਰਹੇ ਹੋ, ਇਵੇਂ ਤੁਸੀਂ 8 ਮਾਰਚ ਨੂੰ ਬਲੈਕਿਆ 2 ਦੇਵ ਕਰੋੜ ਦੀ ਉਹਨੂੰ ਪਿਆਰ ਦਿਓਗੇ। ਬਹੁਤ ਹੀ ਇੰਟਰਟੇਨਮੈਂਟ ਔਰ ਐਕਸ਼ਨ ਭਰਪੂਰ ਫਿਲਮ ਹੈ ਔਰ ਬਹੁਤ ਹੀ ਪਿਆਰੀ ਫਿਲਮ ਹੈ। ਸਾਰਾ ਦਾ ਸਾਡਾ ਨਾਲ ਕੰਮ ਦੇਖੋ ਔਰ ਦੇਖ ਕੇ ਦੱਸੋ ਕਿਸ ਦਾ ਕੰਮ ਕਿਵੇਂ ਲੱਗੇ ਤੁਹਾਨੂੰ। ਸੋ ਦੇਵ ਕਰੋੜ ਜੀ ਹਮੇਸ਼ਾ ਕੋਸ਼ਿਸ਼ ਕਰਦੇ ਨੇ ਕਿ ਜਿਹੜੀਆਂ ਵੀ ਉਹ ਫਿਲਮਾਂ ਕਰਨ ਉਹ ਬਹੁਤ ਹੀ ਵਧੀਆ ਵੱਖਰਾ ਕਨਸੈਪਟ ਲੈ ਕੇ ਆਉਂਦੀਆਂ ਨੇ। ਸੋ ਬਲੈਕਿਆ 2 ਦੇ ਵਿੱਚ ਵੀ ਕੁਝ ਐਦਾਂ ਦਾ ਹੀ ਹੋਏਗਾ? ਪਤਾ ਕੀ, ਇਹਦੇ 'ਚ ਤਕਰੀਬਨ ਜਿੱਥੇ ਆਪਾਂ ਇੰਟਰਟੇਨਮੈਂਟ ਦੀ ਗੱਲ ਕਰਦੇ ਹਾਂ ਉੱਥੇ ਸਮਾਜਿਕ ਮੁੱਦੇ ਵੀ ਹੁੰਦੇ ਆ। ਕੁਛ ਜਾਣੀ ਇੱਦਾਂ ਦਾ ਸਿਸਟਮ ਹੈ, ਮੇਰੇ ਖਿਆਲ 'ਚ ਦੇਵ ਨੇ ਤੁਹਾਨੂੰ ਆਪ ਖੁਦ ਦੱਸਿਆ ਹੋਇਆ, ਤੁਹਾਡੇ ਮੀਡੀਆ ਦੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ ਉਹਨੇ ਸਾਰਾ ਕੁਛ ਖੁੱਲ੍ਹ ਕੇ ਦੱਸਿਆ। ਲੇਕਿਨ ਮੈਨੂੰ ਇਹ ਲੱਗਦਾ ਵੀ ਇਸ 'ਤੇ ਜਿੰਨੀ ਮਿਹਨਤ ਕੀਤੀ ਹੈ ਦੇਵ ਨੇ ਔਰ ਸ਼ਾਇਦ ਹੀ ਕਿਸੇ ਫਿਲਮ 'ਚ ਉਹਨੇ ਕੀਤੀ ਹੋਵੇ ਔਰ ਬੜੀ ਦਿਲਚਸਪੀ ਨਾਲ, ਕਿਉਂਕਿ ਮੈਂ ਉਹਦੇ ਨਾਲ ਕੰਮ ਕਰਕੇ ਆਇਆ, ਮੈਨੂੰ ਪਤਾ ਉਸ ਦਿਨ ਕਿਸ ਤਰੀਕੇ ਨਾਲ ਔਰ ਕਿਹੜੇ ਕਿਹੜੇ ਇਕੱਲੇ ਇਕੱਲੇ ਕਰੈਕਟਰ ਨੂੰ ਕਿਸ ਤਰੀਕੇ ਨਾਲ ਮਤਲਬ ਜਾ ਕੇ ਆਪ ਖੁਦ ਉਸ ਕਰੈਕਟਰ ਨੂੰ ਗਾਈਡ ਕਰ ਰਿਹਾ ਸੀਗਾ। ਸੋ ਬਹੁਤ ਹੀ ਵਧੀਆ ਇੰਟਰਟੇਨਿੰਗ ਫਿਲਮ ਹੈ। ਸਭ ਕੁਛ ਅਸਲ 'ਚ ਜੇ ਹੁਣ ਆਪਾਂ ਇੱਥੇ ਕੁਛ ਦੱਸਾਂਗੇ ਤਾਂ ਵਧੀਆ ਲੱਗਦਾ ਬੇਟਾ, ਕਿਉਂਕਿ ਜਿਹੜੀ ਚੀਜ਼ ਸਾਹਮਣੇ ਦਰਸ਼ਕ ਜਦ ਤੱਕ ਸਾਨੂੰ ਨਾ ਦੱਸਣ ਉਹਨਾਂ 'ਚ ਸਾਨੂੰ ਪਤਾ ਵੀ ਨਹੀਂ ਲੱਗਦਾ, ਕਿਉਂਕਿ ਅਸੀਂ ਤਾਂ ਲੋਕਾਂ ਨੂੰ ਕਹਿ ਹੀ ਸਕਦੇ ਹਾਂ, ਦੱਸ ਹੀ ਸਕਦੇ ਹਾਂ ਕਿ ਸਾਡੀ ਫਿਲਮ ਹੈ 8 ਮਾਰਚ ਨੂੰ ਆਉਣੀ ਹੈ ਬਲੈਕਿਆ 2। ਸੰਦੀਪ ਬਾਂਸਲ ਅਤੇ ਵਿਵੇਕ ਔਰੀ ਪ੍ਰੋਡਿਊਸਰ ਨੇ, ਨਵਨੀਤ ਸਿੰਘ ਔਰ ਹਰਮੀਤ ਸਿੰਘ ਜੀ DOP ਉਹਨਾਂ ਦਾ ਬੇਟਾ ਜਤਨ, ਇਹ DOP ਨੇ। ਸੋ ਬਹੁਤ ਹੀ ਵਧੀਆ ਤਰੀਕੇ ਨਾਲ, ਮਤਲਬ ਇੰਨਾ ਕਹਿ ਸਕਦੇ ਕਿ ਜਦੋਂ ਮੈਂ ਆਪਣਾ ਕਰੈਕਟਰ ਨਿਭਾ ਰਿਹਾ ਸੀ ਤਾਂ ਮੈਂ ਇਹਨਾਂ ਨੂੰ ਆ ਕੇ ਪੁੱਛਿਆ ਕਿਵੇਂ ਲੱਗੇ ਤੁਹਾਨੂੰ। ਮੈਨੂੰ ਤੁਹਾਨੂੰ ਸ਼ਾਇਦ ਪਤਾ ਹੋਣਾ ਕਿ ਨਵਨੀਤ ਔਰ ਜਤਨ ਦੇ ਡੈਡੀ ਨੇ ਹਰਮੀਤ ਸਿੰਘ DOP, ਮੈਨੂੰ ਉਹਨੇ ਇੱਕੋ ਹੀ ਗੱਲ ਕਹੀ, ਕਹਿੰਦਾ ਭਾਜੀ ਜਦ ਤੱਕ ਸਾਨੂੰ ਤਿੰਨੇ ਪਿਓ ਪੁੱਤਾਂ ਨੂੰ ਚੀਜ਼ ਵਧੀਆ ਨਹੀਂ ਲੱਗੂ ਅਸੀਂ ਗੈਸ ਨਹੀਂ ਕਰਦੇ। ਮੈਂ ਕਿਹਾ ਬਹੁਤ ਖੁਸ਼ੀ ਹੋਈ, ਬਹੁਤ ਵਧੀਆ ਲੱਗਿਆ ਉਹਨਾਂ ਨਾਲ ਕੰਮ ਕਰਕੇ, ਮੈਨੂੰ ਜਿੰਨਾ ਕੁ ਮੇਰਾ ਕੰਮ ਹੈ ਔਰ ਬਾਕੀ ਦਾ ਬੇਟਾ ਤੁਸੀਂ ਆਪ ਦੱਸੋਗੇ, ਤੁਸੀਂ ਦੇਖੋਗੇ, ਤੁਹਾਨੂੰ ਪਤਾ ਲੱਗੇਗਾ। ਲੇਕਿਨ ਦਰਸ਼ਕਾਂ ਨੂੰ ਮੈਂ ਬੇਨਤੀ ਕਰਾਂਗਾ ਕਿ 8 ਮਾਰਚ ਨੂੰ ਬਲੈਕਿਆ 2 ਤੁਹਾਡੇ ਲਈ ਆ ਰਹੀ ਹੈ, ਭਰਪੂਰ ਪਿਆਰ ਦਿਓ ਤਾਂ ਕਿ ਹੋਰ ਵੀ ਸਿਨੇਮਾ ਪੰਜਾਬੀ ਦਾ ਵਧੀਆ ਬਣ ਸਕੇ, ਪੰਜਾਬੀ ਸਿਨੇਮਾ ਜਿੰਦਾਬਾਦ। ਸੋ ਜਿਵੇਂ ਸਾਨੂੰ ਬਹੁਤ ਹੀ ਜ਼ਿਆਦਾ ਉਡੀਕ ਹੈ ਬਲੈਕਿਆ 2 ਦੀ, ਸੋ ਐਵੇਂ ਸਾਡੀ ਆਡੀਅੰਸ ਨੂੰ ਵੀ ਬਹੁਤ ਜ਼ਿਆਦਾ ਉਡੀਕ ਹੈ ਬਲੈਕਿਆ 2 ਦੀ, ਕਿਉਂਕਿ ਦੇਵ ਕਰੋੜ ਨੂੰ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਨੇ, ਉਹਨਾਂ ਦੀ ਫੈਨ ਫੋਲੋਇੰਗ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ ਬਲੈਕਿਆ 2 ਦੀ। ਸੋ ਅਗਰ ਬਲੈਕਿਆ 2 ਦੇਖਣੀ ਹੈ ਤਾਂ 8 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਪਹੁੰਚੋ।